ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਕੱਲ ਇੱਕ ਮੀਟਿੰਗ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਆਪਣੇ ਐਮ ਐਲ ਏਜ਼ ਨੂੰ 10 ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਨੇ ਸੋ ਆਓ ਇਹਨਾਂ ਬਾਰੇ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲਿਓ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਇਹਨਾਂ 10 ਵੱਡੀਆਂ ਗੱਲਾਂ ਦੀਆਂ ਸਭ ਤੋਂ ਪਹਿਲਾਂ ਤਾਂ ਭਗਵੰਤ ਸਿੰਘ ਮਾਨ ਨੇ ਆਪਣੇ ਐਮ ਐਲ ਏਜ਼ ਨੂੰ ਕਿਹਾ ਕਿ ਹੰਕਾਰ ਨਹੀਂ ਕਰਨਾ ਯਾਨੀ ਕਿ ਇੰਨੀ ਵੱਡੀ ਜਿੱਤ ਜਿਹੜੀ ਪ੍ਰਾਪਤ ਹੋਈ ਹੈ ਇੰਨੇ ਵੱਡੇ ਵੱਡੇ ਮਾਰਜਿਨ ਦੇ ਨਾਲ ਜਿਹੜੇ ਐਮਐਲਏ ਜਿੱਤੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਮਾਰਜਿਨ ਜਿਹੜੇ ਨੇ ਉਹਨਾਂ ਲੋਕਾਂ ਦੇ ਸਦਕਾ ਪ੍ਰਾਪਤ ਕੀਤੇ ਨੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟ ਪਾਈ ਹੈ ਸੋ ਇਸ ਚੀਜ਼ ਦਾ ਹੰਕਾਰ ਨਹੀਂ ਕਰਨਾ ਕਿ ਅਸੀਂ ਬਹੁਤ ਵੱਡੀ ਕੋਈ ਜਿੱਤ ਪ੍ਰਾਪਤ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਐਮਐਲਏਜ਼ ਨੂੰ ਵੀ ਕਿਹਾ ਗਿਆ ਕਿ ਜਿਨ੍ਹਾਂ ਐਮਐਲਏਜ਼ ਨੇ ਥੋੜੀ-ਬਹੁਤ ਆਪਣੀ ਨਾਰਾਜ਼ਗੀ ਜਿਹੜੀ ਹੈ ਜ਼ਾਹਰ ਕੀਤੀ ਹੈ ਮੰਤਰੀ ਨਾ ਬਣਨ ਦੇ ਉੱਪਰ ਔਰ ਕਿਹਾ ਕਿ ਉਹਨਾਂ ਨੂੰ ਨਰਾਜ਼ ਹੋਣ ਦੀ ਲੋੜ ਨਹੀਂ ਕਿਉਂਕਿ ਜਿਹੜੇ 10 ਮੰਤਰੀ ਬਣਾਏ ਗਏ ਨੇ ਉਹਨਾਂ ਦੇ ਕੰਮ ਦੀ ਈਵੈਲੂਏਸ਼ਨ ਵੀ ਕੀਤੀ ਜਾਵੇਗੀ ਔਰ ਕੰਮ ਵਧੀਆ ਹੋਣ ਤੇ ਹੀ ਜਿਹੜਾ ਹੈ ਉਹਨਾਂ ਨੂੰ ਕੰਟੀਨਿਊ ਕੀਤਾ ਜਾਵੇਗਾ ਯਾਨੀ ਕਿ ਇੱਥੇ ਉਹਨਾਂ ਦੇ ਕੰਮ ਨੂੰ ਦੇਖਿਆ ਜਾਵੇਗਾ ਜੇਕਰ ਕੰਮ ਤਸੱਲੀ ਬਖਸ਼ ਹੋਇਆ ਤਾਂ ਉਹਨਾਂ ਨੂੰ ਕੰਟੀਨਿਊ ਕੀਤਾ ਜਾਵੇਗਾ ਨਹੀਂ ਤਾਂ ਫੇਰ ਉਹਨਾਂ ਦੀ ਚੋਣ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਵੇਗੀ ਸੋ ਇਹ ਵੱਡੀ ਗੱਲ ਜਿਹੜੀ ਹੈ ਐਮ ਐਲ ਏਜ਼ ਨੂੰ ਕਹੀ ਗਈ ਹੈ ਸੋ ਇੱਕ ਇੱਕ ਕਰਕੇ ਹੁਣ ਇਹਨਾਂ ਹੋਰ ਗੱਲਾਂ ਬਾਰੇ ਵੀ ਜਾਣਕਾਰੀ ਲੈਣੇ ਆ ਇਥੇ ਭਗਵੰਤ ਸਿੰਘ ਮਾ ਨੇ ਆਪਣੇ ਐਮਐਲਏਜ਼ ਨੂੰ ਕਿਹਾ ਕਿ ਲੋਕਾਂ ਦੇ ਨਾਲ رابطہ ਕਾਇਮ ਕੀਤਾ ਜਾਵੇ ਜਿੱਥੇ ਵੀ ਕੋਈ ਸਮੱਸਿਆ ਨਜ਼ਰ ਆਵੇ ਉਹਨਾਂ ਕੋਲ ਜਾ ਕੇ ਉਹ ਸਮੱਸਿਆ ਦਾ ਹੱਲ ਕੀਤਾ ਜਾਵੇ ਇਹ ਕਿਹਾ ਗਿਆ ਕਿ ਜਦੋਂ ਖੁਸ਼ੀ ਮਨਾਉਣ ਦਾ ਪਲ ਆਵੇ ਤਾਂ ਉਥੇ ਲੋਕਾਂ ਨੂੰ ਅੱਗੇ ਕਰ ਦਵੋ ਤੇ ਜਿੱਥੇ ਕੋਈ ਸਮੱਸਿਆ ਪੇਸ਼ ਆਵੇ ਤਾਂ ਅੱਗੇ ਜਾ ਕੇ ਉਸ ਦਾ ਹੱਲ ਕਰੋ ਸੋ ਇਹ ਵੱਡੀ ਗੱਲ ਜਿਹੜੀ ਹੈ ਭਗਵੰਤ ਸਿੰਘ ਮਾਨ ਨੇ ਕਹੀ ਹੈ ਇਸ ਤੋਂ ਬਾਅਦ ਭਗਵੰਤ ਸਿੰਘ ਮਾਨ ਨੇ ਆਪਣੇ ਐਮਐਲਏ ਨੂੰ ਕਿਹਾ ਕਿ ਜਿੱਥੇ ਤੁਹਾਡੇ ਇੱਕ ਹਸਤਾਖਰ ਦੇ ਨਾਲ ਕਿਸੇ ਦਾ ਚੁੱਲ੍ਹਾ ਬਲਦਾ ਹੈ ਤਾਂ ਇਸ ਤੋਂ ਵੱਡਾ ਪੁੰਨ ਜਿਹੜਾ ਹੈ ਉਹ ਕੋਈ ਨਹੀਂ ਹੋ ਸਕਦਾ ਪ੍ਰਾਣੀ ਰਵਾਇਤੀ ਜਿਹੜੀ ਸਿਆਸਤ ਹੈ ਉਸ ਨੂੰ ਜਿਹੜਾ ਹੈ ਬਿਲਕੁਲ ਖਤਮ ਕਰਨ ਦਾ ਐਲਾਨ ਜਿਹੜਾ ਇੱਥੇ ਭਗਵੰਤ ਸਿੰਘ ਮਾਨ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ 91 ਐਮਐਲਏ ਜਿਹੜੇ ਨੇ ਉਹ ਲੋਕਾਂ ਦੇ ਲਈ ਕੰਮ ਕਰਨਗੇ ਔਰ ਉਹਨਾਂ ਦੀ ਅਗਵਾਈ ਜਿਹੜੀ ਹੈ ਉਹ ਆਪ ਕਰਨਗੇ ਯਾਨੀ ਭਗਵੰਤ ਸਿੰਘ ਮਾਨ ਜਿਹੜੇ ਨੇ ਖੁਦ ਇਸ ਦੀ ਅਗਵਾਈ ਕਰਨਗੇ ਔਰ ਇਹ ਕੋਸ਼ਿਸ਼ ਕਰਨਗੇ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਪਹਿਲ ਦੇ ਆਧਾਰ ਤੇ ਹਮੇਸ਼ਾ ਕੀਤਾ ਜਾਵੇ ਆਪਣੇ ਐਮਐਲਏ ਨੂੰ ਇੱਕ ਵੱਡੀ ਗੱਲ ਆਪਣੇ ਐਮਐਲਏ ਨੂੰ ਹਮੇਸ਼ਾ ਟਾਈਮ ਤੇ ਪਹੁੰਚਣ ਦੀ ਸਲਾਹ ਉਹਨਾਂ ਨੇ ਦਿੱਤੀ। ਉਹਨਾਂ ਨੇ ਕਿਹਾ ਕਿ ਜਿਹੜੇ ਐਮਐਲਏਜ਼ ਨੇ ਉਹ ਕਦੀ ਵੀ ਦੇਰੀ ਦੇ ਨਾਲ ਕਿਤੇ ਵੀ ਨਾ ਜਾਣ। ਜੇਕਰ 10 ਵਜੇ ਦਾ ਟਾਈਮ ਦਿੱਤਾ ਹੈ ਤਾਂ 10 ਵਜੇ ਉਹ ਉੱਥੇ ਪਹੁੰਚ ਜਾਣ ਯਾਨੀ ਕਿ ਲੋਕਾਂ ਨੂੰ ਵੇਟ ਨਾ ਕਰਵਾਉਣ। ਬਦਲਾਖੋਰੀ ਦੀ ਨੀਤੀ ਤੋਂ ਵੀ ਪਰਹੇਜ਼ ਕਰਨ ਦੇ ਲਈ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਰਵਾਇਤੀ ਸਿਆਸਤ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਐਮਐਲਏਜ਼ ਆਪਣੇ ਇਲਾਕਿਆਂ ਦੇ ਅਫਸਰ ਜਿਹੜੇ ਨੇ ਬਦਲ ਦਿੰਦੇ ਸੀ, ਡੀਸੀ ਬਦਲ ਦਿੰਦੇ ਸੀ ਫਿਰ ਰਲ ਮਿਲ ਕੇ ਜਿਹੜੀ ਹੈ ਲੋਕਾਂ ਦੀ ਲੁੱਟ ਜਿਹੜੀ ਹੈ ਕੀਤੀ ਜਾਂਦੀ ਸੀ ਉਹ ਸੋ ਇਸ ਤੋਂ ਵੀ ਪਰਹੇਜ਼ ਕਰਨ ਦੇ ਲਈ ਭਗਵਾਨ ਸਿੰਘ ਮਾਨ ਨੇ ਆਪਣੇ ਐਮਐਲਏਜ਼ ਨੂੰ ਕਿਹਾ ਔਰ ਬਦਲਾਖੋਰੀ ਦੀ ਨੀਤੀ ਯਾਨਕਿ ਬਦਲਾਖੋਰੀ ਜਿਹੜੀ ਹੈ ਉਸ ਤੋਂ ਪਰਹੇਜ਼ ਕਰਨ ਦੇ ਲਈ ਵੀ ਆਪਣੇ ਐਮਐਲਏਜ਼ ਨੂੰ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਤੁਹਾਡਾ ਕੋਈ ਵੀ ਐਕਸ਼ਨ ਲੋਕਾਂ ਨੂੰ ਡਰਾਉਣ ਵਾਲਾ ਨਹੀਂ ਹੋਣਾ ਚਾਹੀਦਾ ਅਸੀਂ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ ਭਗਵਾਨ ਸਿੰਘ ਮਾਨ ਨੇ ਆਪਣੇ ਐਮਐਲਏਜ਼ ਨੂੰ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਨੂੰ ਡਰਾਉਣਾ ਨਹੀਂ ਹੈ ਕਿਸੇ ਤਰ੍ਹਾਂ ਦੇ ਛਾਪਾ ਮਾਰੀ ਜਾਂ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਐਕਸ਼ਨ ਜਿਹੜਾ ਲੋਕਾਂ ਨੂੰ ਡਰਾਉਣ ਵਾਲਾ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਕੰਮ ਕਰਨਾ ਹੈ ਔਰ 5 ਸਾਲਾਂ ਦੇ ਵਿੱਚ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਕਰਨਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 25000 ਨੌਕਰੀਆਂ ਦਾ ਜਿਹੜਾ ਐਲਾਨ ਕੀਤਾ ਗਿਆ ਪੰਜਾਬ ਦੇ ਯੂਥ ਦੇ ਲਈ ਆਉਣ ਵਾਲੇ 1 ਮਹੀਨੇ ਦੇ ਅੰਦਰ ਅੰਦਰ ਇਸ ਸਬੰਧੀ ਇਸ਼ਤਿਹਾਰ ਜਿਹੜੇ ਨੇ ਜਾਰੀ ਕੀਤੇ ਜਾਣਗੇ ਔਰ ਪੰਜਾਬ ਦਾ ਯੂਥ ਜੋ ਬਾਹਰ ਜਾ ਰਿਹਾ ਉਸ ਨੂੰ ਰੋਕਣ ਦੇ ਮੁਕੰਮਲ ਜਿਹੜੇ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਫਾਰਿਸ਼ ਦੇ ਨਾਲ ਕਿਸੇ ਦਾ ਹੱਕ ਨਹੀਂ ਮਾਰਿਆ ਜਾਵੇਗਾ ਉਹਨਾਂ ਦੀ ਸਰਕਾਰ ਦੇ ਦੌਰਾਨ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਭੇਦਭਾਵ ਵਾਲੀ ਨੀਤੀ ਨਹੀਂ ਹੋਵੇਗੀ ਔਰ ਕਿਸੇ ਵੀ ਤਰ੍ਹਾਂ ਸਿਫਾਰਿਸ਼ ਦੇ ਨਾਲ ਕਿਸੇ ਦਾ ਬਣਦਾ ਹੱਕ ਨਹੀਂ ਮਾਰਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਹਰ ਐਮਐਲਏ ਤੇ ਮੰਤਰੀ ਦੇ ਇਲਾਕੇ ਦਾ ਕੰਮ ਦਾ ਸਰਵੇ ਕੀਤਾ ਜਾਵੇਗਾ ਔਰ ਉਸ ਸਰਵੇ ਰਿਪੋਰਟ ਦੇ ਅਨਸਾਰ ਹੀ ਜਿਹੜਾ ਹੈ ਉਸ ਸਵਿਧਾਇਕ ਨੂੰ ਐਮਐਲਏ ਨੂੰ ਅਗਲੀ ਵਾਰੀ ਟਿਕਟ ਦਿੱਤੀ ਜਾਵੇਗੀ ਔਰ ਮੰਤਰੀ ਨੂੰ ਵੀ ਜਿਹੜਾ ਹੈ ਈਵੈਲਿਡ ਕੀਤਾ ਜਾਵੇਗਾ ਔਰ ਉਸ ਦੇ ਕੰਮ ਨੂੰ ਦੇਖ ਕੇ ਹੀ ਜਿਹੜਾ ਹੈ ਉਸ ਨੂੰ ਅੱਗੇ ਰੱਖਿਆ ਜਾਵੇਗਾ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇ ਆਪਣੀ ਸੀਟ ਪੱਕੀ ਕਰਨੀ ਹੈ ਤਾਂ ਜਨਤਾ ਦੇ ਨਾਲ ਪੱਕੀ ਯਾਰੀ ਜਿਹੜੀ ਹੈ ਉਹ ਕਰਨੀ ਪਵੇਗੀ ਸੋ ਇਸ ਮੀਟਿੰਗ ਦੇ ਵਿੱਚ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਇੱਕ ਟੁਕ ਜਿਹੜਾ ਆਪਣੇ ਐਮਐਲਏਜ਼ ਨੂੰ ਆਪਣੇ ਮੰਤਰੀਆਂ ਨੂੰ ਇਹ ਕਹਿ ਦਿੱਤਾ ਹੈ ਕਿ ਇਹਨਾਂ 5 ਸਾਲਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਕੰਮ ਕਰਨਾ ਪਵੇਗਾ ਦਿਨ ਰਾਤ ਇੱਕ ਕਰਨੀ ਪਵੇਗੀ ਔਰ ਇਹ ਵੀ ਕਿਹਾ ਗਿਆ ਕਿ ਦਿਨ ਦੇ 24 ਘੰਟਿਆਂ ਦੇ ਵਿੱਚੋਂ 18 ਘੰਟੇ ਕੰਮ ਕਰਨਾ ਪਵੇਗਾ ਕਿਉਂਕਿ ਪਿਛਲੇ 70 ਸਾਲਾਂ ਦੇ ਵਿੱਚ ਜੋ ਵੀ ਕੰਮ ਕਰਨ ਵਾਲੇ ਨੇ ਉਹ 5 ਸਾਲਾਂ ਦੇ ਦੌਰਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਵਾਅਦਾ ਕਰਕੇ ਆਏ ਨੇ ਲੋਕਾਂ ਨੂੰ ਕਿ ਕਰਨਗੇ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬੱਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ